ਅੱਜ ਦੀ ਤਾਜ਼ਾ ਖਬਰ। ਇਟਲੀ ਵਿੱਚ ਦੋ ਖੇਤੀਬਾੜੀ ਕੰਪਨੀਆਂ ਤੋਂ ਪੁਲਿਸ ਨੇ ਕੈਦ ਕੀਤੇ 33 ਭਾਰਤੀ ਕਾਮਿਆਂ ਨੂੰ ਕਰਵਾਇਆ ਆਜ਼ਾਦ। ਭਾਰਤ ਨਾਲ ਸੰਬੰਧਿਤ ਹਨ ਖੇਤੀਬਾੜੀ ਮਾਲਕ। ਲਾਸੀਓ ਸੂਬੇ ਵਿੱਚ ਕੰਮ ਦੇ ਮਾਲਕ ਦੀ ਅਣਗਹਿਲੀ ਨਾਲ ਮੌਤ ਦੇ ਮੂੰਹ ਵਿੱਚ ਗਏ ਸਤਨਾਮ ਸਿੰਘ ਦੀ ਮੌਤ ਨੇ ਦੇਸ਼ ਭਰ ਦੇ ਪੁਲਿਸ ਪ੍ਰਸ਼ਾਸਨ ਨੂੰ ਚੁਕੰਨਾ ਕਰ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਦੇ ਕੋਨੇ ਕੋਨੇ ਵਿੱਚ ਤਮਾਮ ਖੇਤੀ ਫਾਰਮਾਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਕਿਰਤੀਆਂ ਦੇ ਸ਼ੋਸ਼ਣ ਖਿਲਾਫ਼ ਵੱਡੀ ਮੁਹਿੰਮ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਵਿਰੋਨਾ ਦੀ ਪੁਲਿਸ ਗੁਆਰਦੇ ਦੀ ਫਿਨਾਂਸਾਂ ਨੇ 33 ਭਾਰਤੀ ਮਜ਼ਦੂਰਾਂ ਨੂੰ ਦੋ ਖੇਤੀ ਫਾਰਮਾਂ ਦੇ ਮਾਲਕਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ, ਕਿਉਂਕਿ ਪੁਲਿਸ ਅਨੁਸਾਰ ਇਹਨਾਂ ਕਾਮਿਆਂ ਨੂੰ ਦੋ ਭਾਰਤੀ ਮੂਲ ਦੇ ਖੇਤੀਬਾੜੀ ਦਾ ਕੰਮ ਕਰਦੇ ਮਾਲਕਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਟਲੀ ਦੇ ਰਾਸ਼ਟਰੀ ਇਟਾਲੀਅਨ ਮੀਡੀਆ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਕੋਲੋਨੀਆ ਵਿਖੇ ਦੋ ਖੇਤੀਬਾੜੀ ਕੰਪਨੀਆਂ ਨੇ 33 ਭਾਰਤੀ ਕਾਮਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਵਾਉਣ ਕਥਿਤ ਦੋਸ਼ ਉਜਾਗਰ ਹੋ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ 33 ਭਾਰਤੀ ਕਾਮੇ ਚੰਗੇ ਭਵਿੱਖ ਲਈ ਕਰਜ਼ੇ ਚੁੱਕ ਇਟਲੀ ਆਏ, ਜਿੱਥੇ ਭਾਰਤੀ ਮੂਲ ਦੇ ਦੋ ਭਾਰਤੀ ਜਿਨ੍ਹਾਂ ਨੇ ਇਹਨਾਂ ਮਜ਼ਦੂਰਾਂ ਤੋਂ ਇਟਲੀ ਬੁਲਾਉਣ ਦਾ 17,000 ਯੂਰੋ ਇੱਕ ਬੰਦਾ ਵਸੂਲ ਕੀਤਾ। ਕਈ ਕਾਮਿਆਂ ਕੋਲ ਇੰਨੇ ਯੂਰੋ ਨਾ ਹੋਣ ਕਾਰਨ ਉਹਨਾਂ ਦੀਆਂ ਭਾਰਤ ਵਿੱਚ ਸਿਹਤ ਜਾਇਦਾਦਾਂ ਉੱਪਰ ਕਰਜ਼ਾ ਦਿੱਤਾ ਗਿਆ। ਇਹ ਕਾਮੇ ਜਦੋਂ ਭਾਰਤ ਤੋਂ ਕੰਮ ਵਾਲੇ ਪੇਪਰਾਂ ਉੱਪਰ ਇਟਲੀ ਆ ਗਏ ਤਾਂ ਇਹਨਾਂ ਦੋਨਾਂ ਖੇਤੀਬਾੜੀ ਕੰਪਨੀਆਂ ਦੇ ਮਾਲਕਾਂ ਨੇ ਉਹਨਾਂ ਨੂੰ ਰਾਸ਼ ਦੇਣ ਦੇ ਨਾਮ ਉੱਪਰ ਆਪਣੇ ਤਿਆਰ ਕੀਤੇ ਨਾ ਰਹਿਣ ਜੋ ਘਰਾਂ ਵਿੱਚ ਗੁਲਾਮ ਬਣਾ ਕੇ ਰੱਖਿਆ। ਬਿਨਾਂ ਤਨਖਾਹ 10-12 ਘੰਟੇ ਕੰਮ ਕਰਦੇ ਹਫ਼ਤੇ ਦੇ 7 ਦਿਨ ਹੀ ਕਰਵਾਉਣਾ ਸ਼ੁਰੂ ਕਰ ਦਿੱਤਾ। ਕਾਮਿਆਂ ਨੂੰ ਵੀ ਕਿਹਾ ਗਿਆ ਕਿ ਇਟਲੀ ਵਿੱਚ ਕੱਚੇ ਹਨ, ਜੇਕਰ ਪੱਕੇ ਹੋਣਾ ਤਾਂ ਉਹਨਾਂ ਭਾਰਤੀ ਮੂਲ ਦੇ ਖੇਤੀਬਾੜੀ ਮਾਲਕਾਂ ਨੂੰ 13,000 ਯੂਰੋ ਦੇਣਾ ਪਵੇਗਾ। ਜਿਸ ਕੋਲ ਨਹੀਂ ਹੈ ਉਹ 4 ਯੂਰੋ ਘੰਟੇ ਦੇ ਹਿਸਾਬ ਨਾਲ ਉਹਨਾਂ ਕੋਲ 10-12 ਘੰਟੇ ਕੰਮ ਕਰੇ। 33 ਭਾਰਤੀ ਕਾਮੇ ਨਾ ਚਾਹੁੰਦੇ ਹੋਏ ਵੀ ਇਹਨਾਂ ਸ਼ੈਤਾਨ ਬਣੇ ਆਪਣੇ ਭਾਰਤੀਆਂ ਕੋਲ ਫਸ ਗਏ, ਕਿਉਂਕਿ ਉਹਨਾਂ ਦੇ ਪਾਸਪੋਰਟ ਪਹਿਲਾਂ ਹੀ ਖੋਲ੍ਹੇ ਗਏ ਸਨ। ਇਟਾਲੀਅਨ ਮਾਲਕ ਤਾਂ ਪ੍ਰਵਾਸੀਆਂ ਦਾ ਸ਼ੋਸ਼ਣ ਕਰਦੇ ਹਨ, ਪਰ ਭਾਰਤੀ ਮੂਲ ਦੇ ਕੰਮ ਦੇ ਮਾਲਕਾਂ ਦੀ ਇਸ ਜੱਗੋਂ 13ਵੀਂ ਕਾਰਵਾਈ ਨੇ ਇਟਲੀ ਦੇ ਭਾਰਤੀ ਭਾਈਚਾਰੇ ਦੇ ਪੈਰਾਂ ਹੇਠੋਂ ਜ਼ਮੀਨ ਹਿਲਾ ਦਿੱਤੀ ਹੈ, ਜਿਸ ਪ੍ਰਤੀ ਪੁਲਿਸ ਪ੍ਰਸ਼ਾਸਨ ਵੀ ਹੈਰਾਨ ਹੈ ਕਿ ਲਾਲਚ ਵੱਸ ਭਾਰਤੀ ਲੋਕ ਕਿਹੜੇ ਰਾਹ ਪੈ ਗਏ ਹਨ ਅਤੇ ਆਪਣੇ ਹੀ ਦੇਸ਼ ਵਾਸੀਆਂ ਨਾਲ ਜਾਨਵਰਾਂ ਤੋਂ ਵੀ ਵੱਧ ਬੁਰਾ ਸਲੂਕ ਕਰਨ ਲੱਗੇ ਹਨ। ਇਹ ਕੰਮ ਵਾਲੇ ਮਾਲਕ ਭਾਰਤੀ ਕਾਮਿਆਂ ਨੂੰ ਜਿਨ੍ਹਾਂ ਰਹਿਸ਼ਾਂ ਵਿੱਚ ਗੁਲਾਮ ਵਾਂਗਰਾਂ ਕੈਦ ਕਰਕੇ ਰੱਖ ਰਹੇ ਸਨ, ਉੱਥੇ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣਾ ਸੀ। ਪੁਲਿਸ ਨੇ ਜਿੱਥੇ ਇਹਨਾਂ 33 ਭਾਰਤੀ ਕਾਮਿਆਂ ਨੂੰ ਯੂਰਪ ਪਾ ਕੇ ਨਰਕ ਭਰੀ ਜ਼ਿੰਦਗੀ ਤੋਂ ਯਾਦ ਕਰਵਾਇਆ, ਉੱਥੇ ਸਾਰੇ ਸ਼ੜਿਅੰਤਰ ਨੂੰ ਜਾਮ ਦੇਣ ਵਾਲੇ ਦੋ ਭਾਰਤੀ ਮੂਲ ਦੇ ਮਾਲਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 33 ਭਾਰਤੀ ਕਾਮਿਆਂ ਨੂੰ ਗੁਲਾਮ ਬਣਾ ਕੇ ਕੰਮ ਕਰਵਾਉਂਦੇ ਜੱਗਜਾਰ ਹੋਣ ਤੋਂ ਬਾਅਦ ਫਿਰ ਇਟਲੀ ਦੀਆਂ ਮਜ਼ਦੂਰ ਜਥੇਬੰਦੀਆਂ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਇਸ ਘਟਨਾ ਦੀ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਤਿੱਖੀ ਆਲੋਚਨਾ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਦੋਸ਼ੀਆਂ ਤੋਂ 4,75,000 ਯੂਰੋ ਦੀ ਜਾਇਦਾਦ ਜ਼ਬਤ ਕਰਕੇ ਹੋਰ ਛਾਣਬੀਣ ਕੀਤੀ ਜਾ ਰਹੀ ਹੈ।